ਕੱਲ ਰਾਤ ਕਰਬਲਾ ਦੇ ਟਿਬਿਆਂ ਚ ਵਾਰਸ ਅਲੀ ਦੇ ਵਾਰਸ ਹੋ ਜਾਣ, ਪੁੱਤਰ ਅਲੀ ਦਾ ਪੁੱਤਰ ਮਾਰਿਆ ਹੋਇਆ ਸੀ, ਭੈਣ ਅਲੀ ਦਾ ਭਰਾ ਮਾਰਿਆ ਹੋਇਆ ਸੀ। ਅੱਜ ਦੀ ਰਾਤ ਗੁਨਾਹ ਦੀ ਬਖਸ਼ਿਸ਼ ਦੀ ਰਾਤ, ਅੱਜ ਦੀ ਰਾਤ ਆਪਣੀ ਜ਼ਿੰਦਗੀ ਦੇ ਗੁਨਾਹਾਂ ਦੀ ਤਲਾਫੀ ਦੀ ਰਾਤ, ਅੱਜ ਦੀ ਰਾਤ ਹੋਰ ਬਣਨ ਦੀ ਰਾਤ। ਇਹੋ ਲਮਹਾਤ ਨੇ ਇਹਨਾਂ ਲੰਮਿਆਂ 'ਚ ਬੋਲ ਆਪਣੇ ਮੁਪੱਦਰ ਬਦਲ ਰਹੇ। ਤੇਰੇ ਵਾਸਤੇ ਮਿਸਾਲ ਛੋੜ ਕੇ ਜਾ ਰਿਹਾ, ਜਿਹੜੀ ਸਾਰੀ ਜ਼ਿੰਦਗੀ ਮਾਫ਼ੀ ਨਹੀਂ ਮਿਲੀ, ਇਸ ਟਾਈਮ ਕਰੀਮੇ ਕਰਬਲਾ ਤੈਨੂੰ ਮਾਫ਼ ਕਰ ਸਕਦਾ, ਆਪਣੀ ਜ਼ਿੰਦਗੀ ਭਰ ਦੇ ਗੁਨਾਹ ਮਾਫ਼ ਕਰਵਾ ਸਕਦਾ। ਔਰ ਉਹਨੂੰ ਨਹੀਂ ਯਕੀਨ ਕਿ ਜ਼ਹਰਾ ਦੇ ਪੁੱਤਰ ਨੂੰ ਮਾਰ ਦੇਣਗੇ। ਇਸਨੂੰ ਕੱਲ੍ਹ ਪਤਾ ਲੱਗਿਆ, ਅੱਜ ਦੀ ਰਾਤ ਮੀਟਿੰਗ ਹੋਈ ਹੈ ਕਿ ਕੱਲ੍ਹ ਜੈਸਾ ਵੀ ਇਹ ਫਰਜ਼ਨ ਦੇ ਜ਼ਹਰਾ ਨੂੰ ਕਤਲ ਕਰ ਦਿਓ। ਦਿਲ ਦੇ ਅੰਦਰ ਪਛਤਾਵਾ ਹੋਇਆ ਸੀ ਕਿ ਕੀਤਾ ਮੈਂ, ਨਾ ਹੁਸੈਨ ਨੂੰ ਘੋੜੇ ਦੀ ਵਾਗ ਵਿੱਚ ਪਾ ਕੇ ਲਿਆਉਂਦਾ, ਨਾ ਮੈਂ ਹੁਸੈਨ ਦੇ ਕਤਲ ਦਾ ਸਬਬ ਪੈਦਾ ਕਰਦਾ। ਪਛਤਾਵਾ ਮੁਆਫ਼ੀ ਦਾ ਦੂਸਰਾ ਨਾਮ ਹੈ। ਪਛਤਾ ਕੇ ਅਗਰ ਮੈਂ ਬਾਹਰ ਨਿਕਲਿਆ ਖੈਮੇ ਚੋਂ, ਫੁਰਾਤ ਦੀ ਠੰਡੀ ਹਵਾ, ਕਰਬਲਾ ਦੀ ਰੇਤ, ਅਦਮ ਟਹਿਲਦਾ ਟਹਿਲਦਾ ਫੁਰਾਤ ਦੇ ਕਿਨਾਰੇ, ਅਦੇ ਲਹਿਰ ਉੱਠੀਏ ਪਾਣੀ ਦੀ, ਛੱਲ ਉੱਠੀਏ, ਅਦੇ ਮੈਂ ਚੁੱਲੂ ਪਾਣੀ ਦਾ ਭਰਿਆ ਇੰਜ ਕਰਕੇ ਪਾਣੀ, ਅਦੇ ਮੈਂ ਰੇਤ 'ਤੇ ਸੱਟਿਆ, ਬਾਹਰਲੇ ਮਨ ਚੋਂ ਆਵਾਜ਼ ਆਈ ਹੈ, ਹੋਰ ਜਿਤਨਾ ਜ਼ਾਇਆ ਕੀਤਾ ਹੀ ਮੇਰੇ ਅਸਗਰ ਵਾਸਤੇ ਕਾਫੀ। ਅਦਰ ਦਹਿਰੇ ਆਵਾਜ਼ ਆਈ ਹੈ, ਕੌਣ ਬੋਲਿਆ? ਅਦਰ ਲਹਿਰੇ 'ਚ ਮੈਨੂੰ ਸਮਝ ਨਹੀਂ ਆਈ, ਫਿਰ ਮੈਂ ਦੂਜੀ ਵਾਰੀ ਅਮਦਨ ਚੁੱਲੂ ਪਾਣੀ ਦਾ ਭਰਿਆ, ਹੁਣ ਸੋਚਾਂ ਕਿੱਥੋਂ ਆਵਾਜ਼ ਆ ਰਹੀ। ਅਦੇ ਮੈਂ ਪਾਣੀ ਚੁੱਲੂ ਦਾ ਭਰ ਕੇ ਫਿਰ ਰੇਤ 'ਤੇ ਸੱਟਿਆ, ਬਾਹਰਲੀ ਮਨ ਤੋਂ ਫਿਰ ਆਵਾਜ਼ ਆਈ ਹੈ, ਹਯਾ ਕਰ ਮੇਰਾ ਹੱਕ ਮਹਿਬਾਨ। ਅਦੇ ਉਸ ਆਵਾਜ਼ 'ਚ ਰੋਹ ਦਬਦਬਾ ਇਤਨਾ ਹਈ, ਅਦੇ ਮੈਂ ਅੱਖਾਂ ਬੰਦ ਕਰ ਲਈਆਂ ਨੇ। ਮੈਂ ਕਿਹਾ ਬਾਜ਼ਮਤ ਮਸਮੂਰ ਮਸਤੂਰ, ਤੁਸੀਂ ਕੌਣ ਹੋ? ਫਰਮਾਇਆ ਮੈਂ ਤੇਰੇ ਮੁਹੰਮਦ ਦੀ ਧੀ ਫਾਤਿਮਾ। ਅਦੇ ਮੇਰੇ ਅੰਦਰ ਬਿਜਲੀ ਦੀ ਲਹਿਰ ਦੌੜੀ ਹੈ, ਮੇਰੇ ਨਾਲ ਪੈਗੰਬਰ ਦੀ ਬੇਟੀ ਬੋਲ ਰਹੀ ਹੈ। ਫਰਮਾਉਂਦੇ ਨੇ ਜਿਹੜਾ ਜ਼ਾਇਆ ਕੀਤਾ ਹੀ ਮੇਰਾ ਹੱਕ ਮਹਾਰੇ। ਅਦੇ ਮੈਂ ਅੰਦਰੋਂ ਡਰ ਗਿਆ, ਪੈਗੰਬਰ ਦੀ ਬੇਟੀ ਮੇਰੇ 'ਤੇ ਨਾਰਾਜ਼ ਹੈ, ਹੋਰ ਕੀ ਕੀਤਾ ਹੀ, ਹੋਰ ਸੈਯਦਾਂ ਨੂੰ ਨਾਰਾਜ਼ ਕਰ ਦਿੱਤਾ। ਅਦੇ ਮੈਂ ਵਾਪਸ ਮੁੜਿਆ, ਮੇਰਾ ਗੁਲਾਮ ਹੈ, ਮੇਰਾ ਨੌਕਰ ਹੈ, ਜ਼ਿੰਦਗੀ ਹੋ ਗਈ ਸੀ ਮੇਰੇ ਕੋਲ, ਨੌਕਰੀ ਕਰਦੇ ਹਾਂ। ਅਦੇ ਵੇਖਿਆ ਮੈਂ ਰੋ ਰਿਹਾ, ਮੈਂ ਕਿਹਾ ਤੂੰ ਠੀਕ ਹੈ? ਅਦੇ ਮੈਂ ਠੀਕ ਹਾਂ, ਰੋ ਕਿਉਂ ਰਿਹਾ? ਅਦੇ ਬਾਦਸ਼ਾਹ ਕੋਈ ਸਮਝ ਨਹੀਂ ਆ ਰਹੀ, ਮੇਰਾ ਦਿਲ ਰੋ ਰਿਹਾ, ਮੇਰੇ ਘੋੜੇ ਨੂੰ ਪਾਣੀ ਪਿਵਾਏ। ਅਦੇ ਤ੍ਰੈ ਵਾਰੀ ਲੈ ਗਿਆ ਫੁਰਾਤ, ਇਸ ਨਹੀਂ ਪੀਤਾ, ਉਹ ਠੀਕ ਹੈ? ਅਦੇ ਮੈਂ ਨਹੀਂ ਜਾਣਦਾ, ਲੇਕਿਨ ਹੈਵਾਨ ਹੋ ਕੇ ਅੱਜ ਪਾਣੀ ਨਹੀਂ ਪੀ ਰਿਹਾ। ਅਦੇ ਪਾਣੀ ਨਹੀਂ ਪੀਂਦਾ ਤੂੰ ਰੋਣਾ ਹੈ, ਕੋਈ ਗੱਲ ਕਰ। ਅਦੇ ਹੋਰ ਕਿਤਨਾ ਅਰਸਾ ਹੋ ਗਿਆ ਤੇਰੇ ਕੋਲ ਗੁਲਾਮੀ ਕਰਦੇ ਹਾਂ? 18 ਸਾਲ। ਅਦੇ 18 ਸਾਲਾਂ 'ਚ ਤੇਰੇ ਕਿ ਉੱਚਾ ਬੋਲਿਆ ਵਾ? ਹੋਰ ਅਦੇ ਨਹੀਂ, ਤੇਰੀ ਔਲਾਦ ਦੀ ਨਾ ਫਰਮਾਨੀ ਕੀਤੀ ਹੋਵੇ? ਹੋਰ ਅਦਾ ਨਹੀਂ, ਅਦਾ ਨਾਰਾਜ਼ ਨਾ ਹੋਈ, ਪੁੱਛ ਸਕਣਾ ਕਲਮਾ ਕਿਦਾਂ ਪੜ੍ਹਨਾ? ਮੈਂ ਕਿਹਾ ਕਲਮਾ ਰਸੂਲ ਦਾ ਪੜ੍ਹਨਾ। ਅਦਾ ਹਯਾ ਨਹੀਂ ਆਏ ਜਿਹਦਾ ਕਲਮਾ ਪੜ੍ਹਨਾ ਹੈ, ਉਹਦੀਆਂ ਦਈਆਂ ਨੂੰ ਤਸਾ ਬਿਠਾ, ਤੁਹਾਡੇ ਹੈਵਾਨ ਪਾਣੀ ਪੀਵਣ, ਤੁਹਾਡੇ ਔਲਾਦ ਪਾਣੀ ਪੀਵਣ, ਰਸੂਲ ਦੀਆਂ ਦਈਆਂ। ਅਦਾ ਮੇਰਾ ਦਿਲ ਲੈ ਗਿਆ, ਏਡਾ ਗਰੀਬ ਹੁਸੈਨ, ਮੇਰੇ ਨੌਕਰ ਨੂੰ ਵੀ ਤਰਸ ਆ ਰਿਹਾ। ਅਦੇ ਮੇਰਾ ਦਿਲ ਅੰਦਰੋਂ ਹਲ ਗਿਆ। ਅਦੇ ਫਿਰ ਅੱਗੇ ਡੁਰਦਾ ਡੁਰਦਾ ਆਇਆ, ਇਹਦਾ ਆਪਣਾ ਪੁੱਤਰ ਹੈ, ਨਾਮ ਅਲੀ ਇਬਨ ਅਲ ਹੁਰ, 18 ਸਾਲ ਦਾ ਕੜੀਅਲ ਜਵਾਨ। ਇਹ ਲਮਹਾਤ ਨੇ ਜਿਹੜੇ ਹੁਣ ਨੇ, ਐਨ ਸਹਿਰੀ ਦਾ ਟਾਈਮ ਹੈ। ਅਦੇ ਮੇਰਾ ਪੁੱਤਰ ਤਲਵਾਰ ਕਾ ਦੇਸ ਕਰਦਾ, ਮੈਂ ਪੁੱਤਰ ਕੋਲ ਆਇਆ, ਸੁੱਤਾ ਨਹੀਂ? ਨਹੀਂ ਬਾਬਾ, ਸੌ, ਰਾਤ ਹਮ ਪਈ ਹੈ,
अरे नहीं बाबा हूं नहीं सोना, कल रात में यो जी मिठी नींदर सोना, कोई जगह में जागने कोई नहीं। अदा मैं समझिया नहीं कल रात तू, अदा बाबा मैं तेरे नाल नहीं, मैं मजलूम हुसैन नाल। अदा अपनी जवानी तेरा हम कारू के नाल बंदे कितने नहीं तेरा साथ दे रहे, साड़ी लखां दी फौज है। अपनी जवानी की तरसकार जिंदगी चाहता पहली बारी मेरे प्यो मेरे पुत्र मेरी अखी चख पाई है, मेरा वे कह रहा है वाह 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 तू मेरी जवानी डिठी है, तू अकबर दी डिठी जो है, एडा सोना हुसैन लमसला लाल ओ बाबा तू अकबर नु वेखे तेरी जवानियां भूल जा। बाबा मैं तेरे नाल नहीं, मैं रसूल के पुत्र नाम, कल मैं शहीद हो सा, कल बड़ी कुड़ी नींदर सामने अरे अंदरू मैं मुक गया, एडा गरीब हुसैन नौकर भी मेरा उदे नाल, मेरा अपना पुत्र हुसैन नाल, अदे मैं अंदरू बदल चुका, खेमे च दाखिल होया, कद मैं अजीब मंजर वेखे जिस मैं अला दिते, मेरी छोटी जी थी है 5-6 साल की, खेमे के अंदर मिट्टिया से बैठी है, सानू बुलंद ने सानू अति हथ ने हथों से मथा, रोंदी भी है ते रो रो के पिया दी के करा वस नहीं लगना, सकीना मेरा वास लगे हा मैं असगर नु दसिया ना रण देंदी, अदे मेरी बेटी नु पता ही कोई नहीं, मैं फिर कोल खलोता, सकीना जे मेरा वास लगा मैं असगर वास्ते पानी ले आऊंगी, अदे मैं मोड़े ते हथ रखे कौन सकीना कौन असगर, मेरे अल वेख के डर गई, मैं क्या डर नहीं बोल ये सकीना कौन है अली असगर कौन है, अदे बाबा फिर सच दसा तू मैं मारेगा तेरे, अदे मेरी अखां चासू आ गए नहीं, मैं क्या बोल सच बोल, अदे बड़े एतमाद नाल मेरे अल वेख के जे छा मारे नहीं तो मैं कोई बेवारस हाँ, मेरा भी तो कोई वारस है, मैं पूछे तेरा कौन वारस है, आदि उदा नाम अब्बास है आलमदार, अरे तू किवें जाननी अब्बास है आलमदार, अरे बाबा हुणे तुसीं ऐलान कीते ने सारे जरनैलां दीआं बीवियां चहल कदमी वास्ते फरात दे किनारे ते, गर्मी आई रात दा वक्त ही ठंडी हवा आई, असीं सारियां शहजादियां टुरदियां टुरदियां, बाबा रात का अंधेरा ही महसूस ही उसे जिसने पता लगे साढ़े से दुश्मनों के खेमे आ गए, अभी बाबा मैं जल्दी नाल पलटन लगी हाँ, मेरे हाण की एक बच्ची उन्हें खेमे च निकली, तो मेरा दमन पकड़ के आती है मामे होर दी धी है, बाबा तू ध्यान है साढ़े दुश्मन ने ओदियां धीआं तेन मामा क्यों सदियां, दाखिल होइए बाबा खेमे को गुजरी हाँ, मैं वेखे 23 साल का जवान है बिस्तर से पे अखा बंद ने आद हाय शाह हाय शाह बाबा सुने कोई यूसुफ नबी सोना आई हे बाबा मैं लख यूसुफ इकट्ठा करा हुसैन का अकबर नहीं बनना, कोई एडा सोना जवान है मैं वेखन लग पी हूं, एडे सोने भी बच्चे होंगे ने, मैं वेख रही हूं तो मेरा हाथ पकड़ के आदि है मेरा फिरा, लेकिन इहदे हिस्से की मदीनी रह गई है, आ मैं तेन अपना फिरा वेखाव जरा मेरे हिस्से में, आदि मेरा हाथ पकड़ के बाबा खेमे च लाइए, उत्थे एक पंगूड़ा पिया आई उहदी चादर हटाइए, उहदा निक्का जिहा फिरा आई जिहदियां मुठियां बंदां कदी मुंह खोलदा ई कदी बंद करदा ई, वे बाबा शाला सुतियां फौजां सौंदा ई, छे महीने का अजे दसा रखे
میرے حصے اجے میں رج کے نہیں چاہ رہا میرے الحق بن کے دیے توں بادشاہ پیو دی دی نا تو جرنیل بابا دی بیٹی تیرے پیو دیا فوجوں میں پارے میں فرات تھے اللہ دلائی دی حالت ویکھ لے کدی ایک گھٹ پانی نہ ہوتا بابا میں وعدہ کر رہی ہوں میرا واسطہ لگتا میں لے کے آؤں بس بابا جی گلا پہ کر دیا خیمے چ بڑی رتبے والی شہزادی آئی اج میں ویخ کے دوڑ لگی ہوں میں نہ ڈر نہیں بیٹا ایڈے پیار نال میں بلایا بابا میں نہ چاہتے ڈر پی ہوں بابا خیمے چ گئی ہوں میں مٹیاں تے مل لگی ہوں رو کیا دیا نا تو وسدی دھی میں اگڑی دھی ہاں میرا پتر تو مٹیاں دینا بو میری جھولی حاضر ہے بابا ایڈا پیار کیتا ہے بابا تو دھیان نہ ساڈے دشمن نے اودیاں بہنا تنویر کیوں سددیاں نے اندروں ہور مک گیا کس نے ان سدیا ہے وڈے نے تو گیا نے بھی چہرے پتر نہیں کوئی نظر والا اشارہ کیا ہر بیبی اپنے اپنے خیمے چلی گئی ہے پانچ منٹ کے بعد جیڑی بیبی واپس آئی خالی ہاتھ نہیں کسی دور لہائے خوبصورت جوان ہے میرے سر سے ہترا کے ڈا پیار بابا لہجے دلاسا تسلی پر میں تین خطرہ ہاں میں تین چھوڑ کے آؤں بابا میں نال لے کے ٹر پے انہوں نے چہرے تنا رو دب دبایا بابا میں ٹرتے ٹرتے جس نے کالی کنال کے قریب آئے نا ادھر لو بیٹا اللہ کے حوالے تھی جاؤ جی لوڑ پہ تو میں بلا لینا جا کوئی نہ ہو پتا میں بابا میں گچنی چاہیے تو میں کہ تھی کون ہو فرمے دن میرا نام عباس ہے بابا میری ہاتھ جھولی چھٹ گئی ہے میں کیا وہ تھی ہو جی واسطے نام نہ خدم رکھو اس واسطے آخر ہو بڑن کی رات
اپنے گناہ بخشوان دی رات ہے، اج اپنے گناہ دی معافی و تلافی دی رات ہے۔ چلو میں اگلے دو جملے بھی پڑھ دیا، دھی نال لے کے پتر نال لے کے اجے سورج دی روشنی نہیں نکلی، سدا دیکھے میرے پاس قدم دی آٹ آ رہی، اجے عباس زندہ ہے، اجے نو لکھ تے روبے سرکار وفا تلوار دے قبضے تے ہاتھ رکھے دن، اکبر علی قاسم ہوشیار، کوئی سارے خیمے نہ آ رہے ہیں، فرزند زہرا مسلے تے بیٹھے نے، فرمایا عباس کوئی نہیں آ رہا، ہور آ رہا مولا، ہور یہ سارے گھوڑے دی آواز نہیں تھک پائے، پر میں عباس جلال نہ وکھائیں، او نہیں لیا میں تقدیر بدل چھوڑ گیا، مولا میں سمجھا نہیں، فرمایا استقبال کرو معافی لینا آ رہے، اطاعت امامت نہیں، تلوار ڈگ پئی عباس کول پئی، اکبر جی چاچا علی قاسم تسی نہیں آؤ، بادشاہ فرما رہے استقبال کر رہے، اور دا پتر علی اچا بول کر دے اللہ اکبر اللہ، اور دی اکھاں تے پٹی کی ہویا، بابا ابن فضل العباس تیرے استقبال واسطے آ رہے، شبیر مصطفیٰ شہزادہ علی اکبر ہوئی، علی قاسم بھی آ رہے، اچانک اچھا اچھا بولے اللہ اکبر، ہن کون ہے؟ فرمایا بابا زہرا دا پتر حسین، بادشاہ خود تیرے استقبال واسطے آ رہے، اگر میری اکھاں تے پٹی ہے جس نے شہنشاہ کریم آمن میں دسی میں اپنے آپ کو گرا دیا، ڈگ دے ہور نو شبیر بازو تو پکڑیا سینے نہ لا کے، فرمایا تم دیر کی تھی ہے میں تے قدم در راہ پہ رہا تھا، آہور آہ تیری بڑی سفارش آئی ہے، تو فرات کے کنارے تھے کسی بی بی کی آواز ہوئی نہیں، جی ہاں فرمایا میری ماں میں ناگری ہے میرا پتر ہے تے ہور دا استقبال کریں، وہ اندر توبہ کر کے اکھوں تو پٹی کھول دے میں شرمندہ ہوں، فرمایا میں حسین ہوں میرے سامنے آ کے کوئی گناہگار شرمندہ نہ ہو، جانا تن معاف کیتا، بادشاہ ساری غلطیاں فرمایا ساری معاف، ادے ہاتھ بن کے ایک منت کرا ہاں ہور بول بادشاہ تو تسی پیا گیا میں معاف کیتا، میرے دل نوں تسلی کوئی نہیں، کیویں تسلی ہوندی ہے، ادے بادشاہ جدر منزل سوک تے میں تھوڑے گھوڑے دی رکاب وچ باغ وچ ہاتھ پایا تسی منا کے نہ میں ڈنگ نہ کر میں بہنا لے کے ہندوستان تو لیا، اور یاد رکھنا پارٹیشن تو پہلے ہے ہی ہندوستان، پاپو دی آخری میں شبیر تو نہیں یاد کی، اور میں دینی میں نہ لے جاؤ کوفے میں تو نہیں علاقہ چھوڑ جاؤ، میں بہنا لے کے ہندوستان تو لیا، تے مولا میرے کو سخت کلامی ہوئی میں کہ نہیں بابا، مولا جس نے تبادلہ کلام ہویا تے محمل اچ کوئی بی بی رونی ہے، ہاں مولا اس بی بی دا وین اجے تک میری کرنا چاہیے، کوئی ڈڈا ڈرونا جی کون آئی، فرمے میری بہن زینب قدموں تے ٹیک کیا گئے، بس فرزند زہرا ایڈا کرم کیتے تے ایک کرم ہور کر دے، کہ آخری فرمے کسی نوکرانی نو بھیجو خیمے جائے شہزادی کونین دے قدماں تے ہتھ رکھے میری طرف معافی منگے، ایک واری زہرا دی دھی آکھے جا ہور میں بھی معاف کیتا، لمحات قریب نے آزان تھے میں نے انہا لمحہ دی قسم اجے ہور گل پیا کرتا ہی، جا خیمے دا لڑ ہٹے دو چھوٹے چھوٹے بچے بھج دے آئے، ایک ہور دے سجے کھلوتے ایک کھپے نکے نکے ہاتھ متھے ترا کہہ دینے ماما اما زینب سلام دے دی دروازے آگے آ کے معافیا نہیں منگنے، جی آیا او میرا ہور پھرا، کچھ لمبے رہ گئے شہزادے کی اذان، اس رات نو شبیر تے حصے تقسیم کی، کچھ عبادت خدا کچھ یار و انصار نال کچھ وقت اکلا بہن نال، شاید تنہائی چ بیٹھ کے پیسے سمجھا میں ڈر چلیا شام جانے تو جانے
ਜਿਹੜੇ ਜਿਹੜੇ ਪਾਸੇ ਮਤਲਬ ਮੈਂ ਕਰਬਲਾ ਦਿਨ ਮੈਂ ਤੁਰਿਆ, ਅਖੀਰ ਮੈਂ ਆਪਣੇ ਫੈਮਿਲੀ ਦੇ ਕਰੀਬ ਆਇਆ ਤੇ ਇਹ ਲੰਮੇ ਨੇ ਜਿਹੜੇ ਹੁਣ ਮੈਂ ਬਿਲਕੁਲ ਨਹੀਂ ਰੱਖ। ਮਤਲਬ ਮੈਂ ਕਰਬਲਾ ਦਿਨ ਮੈਂ ਵੇਖੇ ਮੇਰੀ 4 ਸਾਲ ਦੀ ਮਾਸੂਮਾ ਖਲੋਤੀ ਹੈ, ਇਸ ਟਾਈਮ ਨੀਂਦ ਦਾ ਗਲਬਾ ਹੁੰਦਾ ਹੈ, ਮਾਸੂਮਾ ਕਦੀ ਅੱਖਾਂ ਬੰਦ ਕਰਦੀ ਹੈ ਕਦੀ ਖੋਲਦੀ, ਕਦੀ ਅੱਖਾਂ ਬੰਦ ਕਰਦੀ ਹੈ ਕਦੀ ਖੋਲਦੀ, ਕਦੀ ਕਦੀ ਪਿੱਛੇ ਦੀਵਾਰ ਨਾਲ ਰਾਤ ਨਾਲ ਦੇਖ ਲੈਂਦੀ। ਸੈਯਦਾ ਨਾ ਮੈਂ ਪੱਕ ਹੋ ਗਿਆ ਮੇਰੀ ਧੀ ਨੂੰ ਨੀਂਦ ਆ ਗਈ। ਉਹ ਜਿਹੜੀ ਖਲੋਤੀ ਧੀ ਨਾਲ ਸ਼ਬੀਰ ਗੱਲ ਕੀਤੀ ਇੱਕ ਅਰਬੀ ਦਾ ਮੈਂ ਆਖੋ ਤੇ ਮੈਂ ਆਪਣੇ ਅਜ਼ਾਈ ਲਹਿਜੇ ਸੁਣਾਵਾਂ। ਸੈਯਦਾ ਦਾ ਯਾ ਨੂਰ ਲਫਾ ਬੈਠੇ
ਪਿਆਦੀ
Should be easy.